ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਜੀ ਆਪਣਾ ਜਿਹੜਾ ਵਟਸਐਪ ਨੰਬਰ ਹੈ ਚੈਨਲ ਦਾ ਉੱਪਰ ਹਮੇਸ਼ਾ ਲਿਖਿਆ ਰਹਿੰਦਾਗਾ ਨੰਬਰ 7814038764 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਆਪਦੀ ਗੱਡੀ ਵੇਚਣੀ ਹੈ ਜਾਂ ਫਿਰ ਕੋਠੀਆ ਮਕਾਨ ਹੈ ਘਰ ਹੈ ਤੁਸੀਂ ਵੇਚਣੀ ਹੋਵੇ ਆਪਣੇ ਕੋਲੇ ਭੇਜ ਸਕਦੇ ਹੋ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਸਾਰੀ ਜਾਣਕਾਰੀ ਤੇ 10-12 ਫੋਟੋਆਂ ਸੀ ਆ ਕੁਝ ਭੇਜ ਦਿਓ ਫਰੀ ਦੇ ਵਿੱਚ ਬਹੁਤ ਜਲਦ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਵੀਡੀਓ ਦੀ ਗੱਲਬਾਤ ਕਰਦੇ ਆਪਾਂ ਸ਼ੁਰੂ ਹੁਣ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਗੱਡੀਆਂ ਅੱਜ ਮਿਲਣਗੀਆਂ ਤੇ ਇੱਕ ਆਪਣੇ ਕੋਲੇ ਮੋਟਰਸਾਈਕਲ ਬਹੁਤ ਵੱਡਾ ਸੀ ਦੋਮੇ ਚੀਜ਼ਾਂ ਗੱਡੀਆਂ ਤੇ ਮੋਟਰਸਾਈਕਲ ਬਹੁਤ ਵਧੀਆ ਡਿਮਾਂਡਾਂ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆ ਤੁਹਾਡੀ ਸਾਰਿਆਂ ਦੀ ਫਰਮੇਸ਼ ਤੇ ਲੈ ਕੇ ਪਹੁੰਚੇ ਆ ਬਹੁਤ ਸਾਡੇ ਤੁਸੀਂ ਕਮੈਂਟ ਪਾਏ ਸੀਗੇ ਤੇ ਕਮੈਂਟਾਂ ਨੂੰ ਦੇਖਦੇ ਹੋਏ ਤੁਹਾਡੇ ਏਰੀਆ ਚੋਂ ਗੱਡੀਆਂ ਪਹੁੰਚੀਆਂ ਗਈਆਂ ਜਿੰਨਾਂ ਵਿੱਚੋਂ ਸਭ ਤੋਂ ਪਹਿਲੀ ਗੱਡੀ ਆਪਾਂ ਲੈਂਸਰ ਲੈ ਕੇ ਪਹੁੰਚੇ ਆ ਜੀ ਮਾਡਲ 2008 27 ਤੱਕ ਰੇਦੀ ਪਾਸਿੰਗ ਹੈ ਪਾਸਿੰਗ ਮਾਲਕ ਨੇ ਅੱਗੇ ਰਿਨਿਊ ਕਰਵਾਈ ਹੋਈ ਆ ਆਰਸੀ ਜਿਹੜੀ ਹੈਗੀ ਚਿਪਾ ਲਈ ਆਪਾਂ ਨੂੰ ਮਿਲ ਜੂਗੀ ਪਹਿਲੇ ਨਾਮ ਗੱਡੀ ਆ ਤੇ ਡਿਮਾਂਡ 1 ਲੱਖ 40000 ਰੁਪਇਆ ਤੇ ਇਹਨਾਂ ਦਾ ਏਰੀਆ ਜਿੱਥੇ ਗੱਡੀ ਖੜੀ ਆ ਲੁਧਿਆਣਾ ਏਰੀਆ 'ਚ ਟਾਇਰ ਪਾਈ ਨੇ 70 ਤੋਂ 75 ਪੈਸੇ ਗੱਡੀ ਚੱਲੀ ਹੋਈ ਆ ਕੁੱਲ 1 ਲੱਖ 18000 ਕਿਲੋਮੀਟਰ ਗੱਡੀ ਦੀ ਆਪਾਂ ਜੇ ਕੰਡੀਸ਼ਨ ਦੀ ਗੱਲ ਕਰੀਏ ਬਾਹਰੋਂ ਜੇ ਕੰਡੀਸ਼ਨ ਦੀ ਗੱਲ ਕਰੀਏ ਬਹੁਤ ਜ਼ਿਆਦਾ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਐ ਇੱਕ ਹੱਥ ਗੱਡੀ ਚੱਲੀ ਹੋਈ ਐ ਵਧੀਆ ਸ਼ੌਂਕ ਨਾਲ ਰੱਖੀ ਹੋਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤੁਸੀਂ ਦੇਖ ਲਓ ਮਾਲਕ ਨੇ ਵਧੀਆ ਫੋਟੋਆਂ ਅੰਦਰੋਂ ਵੀ ਖਿੱਚ ਕੇ ਭੇਜੀਆਂ ਡੈਸ਼ਬੋਰਡ ਤੁਸੀਂ ਦੇਖ ਲਓ ਤੇ ਸਾਰਾ ਕੁਝ ਵਧੀਆ ਚੀ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੈਗਾ ਸਾਰਾ ਕੁਝ ਪੂਰਾ ਵਧੀਆ A to Z ਤੇ ਮਾਲਕ ਬਾਈ ਦਾ ਨੰਬਰ ਕਰ ਲਓ ਨੋਟ ਜੀ ਨੰਬਰ 77 106 76 812 ਦੂਜੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆਲਟੋ ਆਲਟੋ ਗੱਡੀ ਹੈ ਸੱਤ ਮਾਡਲ ਹੈ ਐਚ 4 ਨੰਬਰ ਹੈ 70000 ਰੁਪਿਆ ਡਿਮਾਂਡ ਹੈਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ 75 80 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਜਿਹੜੀ ਗੱਡੀ ਆਪਣੇ ਕੋਲੇ ਪਹੁੰਚੀ ਆ ਇਹਦੀ ਕੰਡੀਸ਼ਨ ਵਧੀਆ ਪਈ ਆ ਤੇ ਇਹ ਗੱਡੀ ਆਪ ਨੂੰ ਘਰੇ ਮਿਲ ਜੂਗੀ ਮਾਲਕ ਦੇ ਘਰੇ ਖੜੀ ਹੈਗੀ ਤੇ ਨੁਕਸ ਕੋਈ ਨਹੀਂ ਹੈਗਾ ਹਲਕੇ ਫੁਲਕੇ ਸਕਰੈਚ ਆਪਾਂ ਨੂੰ ਮਿਲ ਸਕਦੇ ਆ ਬਾਕੀ ਜੇ ਆਪਾਂ ਸੀਟ ਕਵਰ ਦੀ ਗੱਲ ਕਰੀਏ ਤਾਂ ਮਾਲਕ ਨੇ ਬਹੁਤ ਵਧੀਆ ਟੌਪ ਕਲਾਸ ਦੇ ਸੀਟ ਕਵਰ ਝੜਵਾਏ ਹੋਏ ਆ ਮੈਟਿੰਗ ਵਧੀਆ ਹੋਈ ਆ ਬਾਕੀ 70000 ਰੁਪਏ ਡਿਮਾਂਡ ਹੈ ਲੈਸ ਬੱਸ ਮੌਕੇ ਤੇ ਹੋ ਜਾਵੇਗਾ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਦੇ ਰੱਖਿਆਗਾ ਨੰਬਰ 70 876 99 400 ਪੂਰਾ ਜੀ ਤੇ ਅੱਗੇ ਆਪਾਂ ਤੁਹਾਡੇ ਵਾਸਤੇ ਸੈਂਟਰੋ ਗੱਡੀ ਲੈ ਕੇ ਪਹੁੰਚਿਆ ਹਾਂ ਗੱਡੀ ਪੈਟਰੋਲ ਤੇ ਵੀ ਆ ਤੇ ਐਲਪੀਜੀ ਤੇ ਵੀ ਹੈ ਜੀ ਗੱਡੀ ਦਾ ਮਾਡਲ ਹੈ 11ਵਾਂ ਮਹੀਨਾ 2009 1.5 ਲੱਖ ਰੁਪਿਆ ਡਿਮਾਂਡ ਹੈ ਤੇ ਮੁੱਲਾਪੁਰ ਇਹਨਾਂ ਦਾ ਏਰੀਆ ਲੁਧਿਆਣਾ ਚ ਪੈ ਜਾਂਦਾ ਨਵੇਂ ਟਾਇਰਾਂ ਚ ਗੱਡੀ ਆ ਫਾਸਟ ਓਨਰ ਹੈ ਜੀ ਪਹਿਲੇ ਨਾਮ ਗੱਡੀ ਆ ਇੱਕ ਹੱਥ ਗੱਡੀ ਚੱਲੀ ਹੋਈ ਆ ਸਾਰੇ ਫੰਕਸ਼ਨ ਗੱਡੀ ਤੇ ਚੱਲਦੇ ਆ ਤੇ ਮਾਲਕ ਨੇ ਸੀਟ ਕਵਰ ਹੁਣੇ ਚੜਵਾਇਆ ਥੋੜੇ ਟਾਈਮ ਪਹਿਲਾਂ ਗੱਡੀ ਦੀ ਸਰਵਿਸ ਵੀ ਨਵੀਂ ਹੋਈ ਆ ਬਾਕੀ ਕੰਡੀਸ਼ਨ ਚਾਰੇ ਪਾਸੋਂ ਦੇਖ ਰਹੇ ਹੋ ਤੁਸੀਂ ਕਿਸੇ ਪਾਸੋਂ ਗੱਡੀ 'ਚ ਕੋਈ ਨੁਕਸ ਨਹੀਂ ਹੈ ਕਬ ਬਹੁਤ ਵਧੀਆ ਗੱਡੀ ਹੈ ਚਲਾ ਕੇ ਦੇਖਣੀ ਹੋਵੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਮਾਲਕ ਨੂੰ ਫੋਨ ਲਗਾ ਲਿਓ ਜੀ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ 8264351965 ਹੁਣ ਤੁਸੀਂ ਦੇਖੋ ਜੀ ਰਿਟਜ ਆਪਣੇ ਕੋਲੇ ਬਹੁਤ ਸਾਰੀ ਡਿਮਾਂਡ ਆਈ ਸੀਗੀ ਰਿਟਜ ਗੱਡੀ ਵਾਸਤੇ ਗੱਡੀ ਸੋਹਣੀ ਆ ਮਾਡਲ ਵੀ ਉੱਚਾ 16 ਮਾਡਲ ਗੱਡੀ ਆ ਤੇ ਪਹੁੰਚੀ ਆਪਣੇ ਕੋਲੇ ਬਾਗਾ ਪੁਰਾਣਾ ਏਰੀਆ ਚੋਂ ਇਧਰਲੀ ਸਾਈਡ ਤੋਂ ਬਹੁਤ ਸਾਰੇ ਕਮੈਂਟ ਆਏ ਸੀਗੇ ਬਾਗਾ ਪੁਰਾਣਾ ਸਾਈਡ ਤੋਂ ਤੇ ਬਾਗਾ ਪੁਰਾਣਾ ਏਰੀਆ ਚੋਂ ਗੱਡੀ ਆਪਾਂ ਲੈ ਕੇ ਪਹੁੰਚੇ ਆ ਡਿਮਾਂਡ 3.5 ਲੱਖ ਰੁਪਈਆ ਦੀ ਅਸੀਂ ਤੋਂ 85% ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਹੈ ਜਿਹੜੀ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਹੈ ਨਵੀਂ ਵਰਗੀ ਪਈ ਹੈ ਗੱਡੀ ਦਾ ਕਲਰ ਬਹੁਤ ਵਧੀਆ ਪਿਆ ਨੋਨ ਐਕਸੀਡੈਂਟ ਹੈ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਸਾਰੀ ਗੱਡੀ ਹੈ ਜਿਹੜੀ ਪੂਰੀ ਵਧੀਆ ਜੀ ਸਾਫ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਕਹਿ ਸਕਦੇ ਹਾਂ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਲਬਾਤ ਕਰਕੇ ਫੋਨ ਤੇ ਪਹਿਲਾਂ ਘਰੇ ਜਾ ਕੇ ਦੇਖ ਕੇ ਚਲਾ ਕੇ ਪੂਰੀ ਵੈਰੀਫਿਕੇਸ਼ਨ ਕਰਕੇ ਜੀ ਸਾਰੇ ਕਾਗਜ਼ ਪੱਤਰ ਦੇਖ ਕੇ ਆਪਦੀ ਪੂਰੀ ਤਸੱਲੀ ਕਰਕੇ ਤੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਕਰ ਲਓ ਮਾਲਕ ਦਾ ਨੋਟ 9915272021 ਤੇ ਹੁਣ ਤੁਹਾਡੇ ਵਾਸਤੇ ਐਂਡਿਕੋ ਗੱਡੀ ਪਹੁੰਚੀ ਆ ਆਪਣੇ ਕੋਲੇ ਪਹੁੰਚੇ ਸੀਗੇ ਬਹੁਤ سارے ਕਮੈਂਟ ਆਏ ਸੀਗੇ ਅੰਮ੍ਰਿਤਸਰ ਏਰੀਆ ਚੋਂ ਲੈ ਕੇ ਹਾਜ਼ਰ ਆ ਜੀ ਐਂਡਿਕੋ ਗੱਡੀ ਆ ਪੀਵੀ ਨੰਬਰ ਹੈ ਤੇ ਮਾਡਲ ਹੈ 16 ਤੇ ਡਿਮਾਂਡ 1 ਲੱਖ 80000 ਰੁਪਿਆ ਗੱਡੀ ਦੀ ਕੰਡੀਸ਼ਨ ਏਵਨ ਪਈ ਹੈ ਜੀ ਟਾਪ ਕਲਾਸ ਦੀ ਗੱਡੀ ਹੈ ਟਾਇਰ ਪਏ ਨੇ 70 ਤੋਂ 75 ਪੈਸੇ ਤੇ ਅੰਮ੍ਰਿਤਸਰ ਗੱਡੀ ਖੜੀ ਹੈ ਮਾਲਕ ਦੇ ਘਰੇ ਪੰਜਾਬ ਨੰਬਰ ਹੈ 180 ਡਿਮਾਂਡ ਹੈ ਕਾਗਜ਼ ਪੱਤਰ ਆਪਰ ਮਿਲ ਜਾਣਗੇ ਗੱਡੀ ਦੀ ਬਾਡੀ ਲੈਣ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਬਾਡੀ ਲੈਣਾ ਹੈ 12 ਵੀ ਪੂਰੀ ਸਾਫ਼ ਹੈ ਤੇ ਅੰਦਰੋਂ ਵੀ ਪੂਰੀ ਸਾਫ਼ ਹੈ ਤੇ ਸੀਟ ਕਵਰਾਂ ਦੀ ਗੱਲ ਕਰੀਏ ਜੇ ਬਹੁਤ ਵਧੀਆ ਨੇ ਜੀ ਮੈਟਿੰਗ ਬਹੁਤ ਵਧੀਆ ਏਸੀ ਹੀਟਰ ਵਰਕਿੰਗ ਚ ਹੈ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਹੈ ਤੇ ਸਾਰਾ ਕੁਝ ਚੱਲਦਾ ਗਾ ਤੇ ਬਾਕੀ ਫੰਕਸ਼ਨ ਸਾਰੇ ਚੱਲਦੇ ਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ 8360544402 ਇਸੇ ਨੰਬਰ ਤੇ ਫੋਨ ਲਗਾ ਕੇ ਗੱਲਬਾਤ ਕਰਕੇ ਸਾਰੀ ਤੇ ਖਰੀਦ ਸਕਦੇ ਹੋ ਜੀ ਬਾਕੀ ਆਹ ਹੈਂਡਿਕੋ ਗੱਡੀ ਦੀ ਸਾਰੀ ਗੱਲਬਾਤ ਹੋ ਗਈ ਸਾਰੀਆਂ ਗੱਡੀਆਂ ਆਪਾਂ ਦੇਖਾਂਗੇ ਤੇ ਅੱਗੇ ਮੋਟਰਸਾਈਕਲ ਤੇ ਹੋਰ ਵੀ ਗੱਡੀਆਂ ਪਈਆਂ ਜੀ ਉਹ ਵੀ ਤੁਸੀਂ ਜਾ ਕੇ ਦੇਖਿਓ ਤੇ ਥੋੜੀ ਜੀ ਗੱਲਬਾਤ ਮੈਂ ਕਰਨੀ ਚਾਹੁੰ ਮਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਆਪਣੇ ਕੋਲੇ ਗੱਡੀ ਜਿਹੜੀ ਭੇਜ ਦਿਓ ਜਾਂ ਮੋਟਰਸਾਈਕਲ ਜਾਂ ਕੋਈ ਵੀ ਮਸ਼ੀਨਰੀ ਵੇਚਣ ਵਾਸਤੇ ਭੇਜ ਦਿਓ ਜਿਹੜਾ ਉਹਨਾਂ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਨਹੀਂ ਭੇਜਦੇ ਜੀ ਜਿਆਦਾ ਰੇਟ ਲਾ ਕੇ ਭੇਜ ਦਿਨੋ ਬਾਅਦ ਚ ਮੈਸੇਜ ਬਹੁਤ ਆਉਂਦੇ ਆ ਕਮੈਂਟਾਂ ਦੇ ਵਿੱਚ ਬਹੁਤ ਛਾਣੇ ਲਿਖਦੇ ਆ ਜੀ ਬਹੁਤ ਜਾਣੇ ਲਿਖਦੇ ਆ ਵੀ ਰੇਟ ਜ਼ਿਆਦਾਗਾ ਤੇ ਕੰਪਲੀਟ ਬਹੁਤ ਆਉਂਦੀ ਆ ਥੋੜੀ ਜੀ ਬੇਨਤੀ ਵਾਲੀ ਗੱਲ ਹੈ ਵੀ ਰੇਟ ਹੈ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਸਹੀ ਸਹੀ ਲਾ ਕੇ ਭੇਜਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਭੇਜ ਸਕਦੇ ਹੋ ਕੋਸ਼ਮੀ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਗੱਡੀ ਕੁਛ ਵੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਤੇ ਫਰੀਦ ਵਿੱਚ ਆਪਾਂ ਜਲਦੀ ਅੱਡ ਤੁਹਾਡੀ ਲਗਾ ਦੇਵਾਂਗੇ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਇਸੇ ਤਰ੍ਹਾਂ ਦੀ ਹਰ ਰੋਜ਼ ਨਵੇਂ ਤੋਂ ਨਵੇਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਬਟਨ ਦੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਜਰੂਰ ਕਲਿੱਕ ਕਰ ਦਿਆ ਕਰੋ ਤੇ ਹੁਣ ਆਪਾਂ ਕਰ ਦਾਂ ਜੀ ਵੀਡੀਓ ਫਿਰ ਤੋਂ ਸ਼ੁਰੂ ਆਪਣੇ ਕੋਲੇ ਮੋਟਰਸਾਈਕਲ ਭੇਜਿਆ ਬਾਈ ਨੇ केटीएम मोर्टसाल है जी 125 सीसी है केटीएम रेसर मोर्टसाल रेसल ਤੇ ਪੂਰਾ ਵੱਡਾ ਮੋਟਰਸਾਈਕਲ ਹੈ ਟਾਇਰ ਬਹੁਤ ਵਧੀਆ ਪਈ ਨੇ 80 ਤੋਂ 85 ਪੇਸਿੰਗ ਤੇ 19 ਮਾਡਲ ਹੈ ਜੀ ਚੱਲਿਆ કુલ 12000 ਕਿਲੋਮੀਟਰ ਹੋਇਆ ਦੂਜੇ ਨਾਮ ਹੈ ਦੂਜੇ ਨਾਮ ਤਾਂ ਆਪਾਂ ਨਹੀਂ ਕਹਿ ਸਕਦੇ ਬਾਕੀ ਨਾਮ ਦੂਜੇ ਹੀ ਆ ਜਿੱਥੋਂ ਪਹਿਲਾਂ ਲੇਤਾ ਸੀਗਾ ਉਹ ਪਹਿਲੇ ਨਾਮ ਜਿੱਥੇ ਮੋਟਰਸਾਈਕਲ ਸੀਗਾ ਉਹਨਾਂ ਨੇ ਸਿਰਫ 100 ਕਿਲੋਮੀਟਰ ਚਲਾਇਆ ਸੀਗਾ ਤੇ ਉਹ ਤੋਂ ਬਾਅਦ ਉਹਨਾਂ ਨੂੰ ਕੋਈ ਲੋੜ ਪੈ ਗਈ ਸੀਗੀ ਤਾਂ ਕਰਕੇ ਉਹਨਾਂ ਨੇ ਸੇਲ ਕਰ ਦਿੱਤਾ ਸੀਗਾ ਤੇ ਸੇਲ ਵੀ ਨਵੇਂ ਦੇ ਰੇਟ 'ਚ ਹੀ ਉਹਨਾਂ ਨੇ ਕੀਤਾ ਸੀਗਾ ਤੇ ਇਹਨਾਂ ਨੇ ਖਰੀਦ ਲਿਆ ਸੀਗਾ ਜਿਨ੍ਹਾਂ ਕੋਲੇ ਹੁਣ ਸੈਕੰਡ ਓਨਰ ਮੋਟਰਸਾਈਕਲ ਸੈਕੰਡ ਓਨਰ ਦੇ ਨਾ ਮੋਟਰਸਾਈਕਲ ਆ ਨਾ ਵੀ ਸੈਕੰਡ ਓਨਰ ਹੈ ਬਟ ਪਹਿਲੇ ਵਰਗੀ ਹੈ ਜੀ ਤੇ ਮਾਲਕ ਨੇ ਸਾਰਾ ਜਿਹੜਾ ਮੋਟਰਸਾਈਕਲ ਆ ਪੂਰਾ ਵਧੀਆ ਰੱਖਿਆ ਹੋਇਆ ਨਾ ਤਾਂ ਕੋਈ ਡਿੱਗਿਆ ਹੈ ਨਾ ਕੋਈ ਡੈਮੇਜ ਹੋਇਆ ਨਾ ਕੋਈ ਆਪਾਂ ਨੂੰ ਕੋਈ ਨੁਕਸ ਮਿਲੂਗਾ ਜੀ ਤੇ ਜਿੰਨੀ ਐਸੈਸਰੀ ਹੁੰਦੀ ਹੈ ਨਾਲ ਸ਼ੀਸ਼ੇ ਵਗੈਰਾ ਜੋ ਵੀ ਨਾਲ ਕੁਝ ਆਉਂਦਾ ਸਾਰਾ ਕੁਝ ਇਹਨਾਂ ਕੋਲੇ ਹੈਗਾ ਅਨ ਟੱਚ ਜਿਉ ਤਾਂ ਲਾਉਣ ਸਾਰੀ ਮਤਲਬ ਆਉਣ ਸਾਰੀ ਲਾਤੇ ਸੀਗੇ ਤੇ ਐਦਾ ਹੀ ਪਿਆ ਜੀ ਸਾਰਾ ਕੁਝ ਜਿੰਨੀ ਐਸੈਸਰੀ ਹੁੰਦੀ ਹੈ ਸਾਰਾ ਕੁਝ ਨਾਲ ਮਿਲ ਜੂਗਾ ਸਾਰੀ ਅਟੈਚਮੈਂਟ ਮਾਲਕ ਲਾ ਕੇ ਦੇ ਦੇਣਗੇ ਤੇ ਇਹਨਾਂ ਨੇ ਡਿਮਾਂਡ 1,30,000 ਰੁਪਇਆ ਲਾਈਆ ਬਾਕੀ ਲੈਸ ਬੈਸ ਮੌਕੇ ਤੇ ਹੋ ਜਾਊਗਾ ਉਪਰ ਥੱਲੇ ਮੌਕੇ ਤੇ ਜੀ ਤੇ ਹੁਸ਼ਿਆਰਪੁਰ ਇਹਨਾਂ ਦਾ ਏਰੀਆ ਮੁਕੇਰੀਆਂ ਇਹਨਾਂ ਦਾ ਸ਼ਾਇਦ ਪਿੰਡ 'ਚ ਜੀ ਤੇ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਕਾਗਜ਼ ਪੱਤਰ ਸਾਰੇ ਇਹਨਾਂ ਕੋਲੇ ਹੈਗੇ ਜੀ ਨੰਬਰ ਆ ਪਾਸ ਸਕਰੀਨ ਤੇ ਵਜਦਾ ਦੇ ਰੱਖਿਆ 88400 76 95541 ਹੁਣ ਤੁਹਾਨੂੰ ਮੈਂ ਦਿਖਾਉਣਾ ਜੀ ਗੱਡੀ ਆਪਣੇ ਕੋਲੇ 800 ਗੱਡੀ ਪਹੁੰਚੀ ਆ ਪੰਜ ਮਾਡਲ ਆ ਪੰਜ ਮਾਡਲ ਗੱਡੀਆਂ ਮਲੇਰ ਕੋਟਲਾ ਏਰੀਆ ਦਾ 65 ਕਪੈਸਿਟਰਾਂ ਦੀ ਕੰਡੀਸ਼ਨ ਪਈ ਆ 60 ਹਜ਼ਾਰ ਡਿਮਾਂਡ ਹੈ ਨੰਬਰ ਆ ਪਾਸ ਸਕਰੀਨ ਤੇ ਦੇ ਰੱਖਿਆ ਗਾ ਬਾਕੀ ਸਾਰੀ ਗੱਡੀਆਂ ਦੀ ਗੱਲਬਾਤ ਹੋਊਗੀ ਵੀਡੀਓ ਤੁਸੀਂ ਦੇਖ ਲਈ ਕਿਵੇਂ ਦੀ ਲੱਗੀ ਵੀਡੀਓ ਮੈਨੂੰ ਦੱਸੋ ਕਮੈਂਟ ਕਰਕੇ ਜਰੂਰ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਵੇ ਵਧੀਆ ਲੱਗੇ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਹਾਂ ਜੀ ਜਲਦੀ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇ ਨਾਲ ਤੇ ਗੱਡੀਆਂ ਮਸ਼ੀਨਰੀਆਂ ਦੇ ਨਾਲ ਤੇ ਤੁਸੀਂ ਵੇਚਣਾ ਚਾਹੋ ਤਾਂ ਆਪਣੇ ਕੋਲ ਭੇਜ ਸਕਦੇ ਹੋ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅਗਲੇ ਵੀਡੀਓ ਚ ਤੁਹਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਜੀ